ਜੋ 1 ਮਿੰਟ ਵੀ ਨਹੀਂ ਟਿਕਦਾ ਉਹੀ ਤੂੰ ਮਚਾਉਗਾ ਪੂਰੀ ਰਾਤ ਇੱਕ ਐਸਾ ਸ਼ਾਹੀ ਨੁਸਖਾ ਤੁਹਾਡੇ ਵਾਸਤੇ ਲੈ ਕੇ ਆਏ ਆ ਜੋ ਧੂਮ ਮਚਾ ਦੂਗਾ ਸਤਿ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਪ੍ਰਿੰਸ ਤਰਨਤਾਰਨ ਜ਼ਿਲ੍ਹਾ ਪੱਟੀ ਸ਼ਹਿਰ ਦੇ ਲਾਗੇ ਪਿੰਡ ਮਾਡਲ ਬੋਪਾਰੇ ਅੱਡੇ ਉੱਤੇ ਆਪਣੀ ਸ਼ਾਪ ਹੈ ਜਿਨ੍ਹਾਂ ਨੂੰ ਵੀਕਨੈਸ ਰਹਿੰਦੀ ਏ ਥਕਾਵਟ ਰਹਿੰਦੀ ਏ ਹਜ਼ਾਰਾਂ ਰੁਪਈਆਂ ਦੀਆਂ ਮੈਡੀਸਿਨ ਥਾ-ਥਾ ਦੇ ਖਾ ਚੁੱਕੇ ਜੇ ਪਰ ਕੋਈ ਰਿਜਲਟ ਨਹੀਂ ਮਿਲਿਆ ਕੋਈ ਫਰਕ ਨਹੀਂ ਪਿਆ ਤਾਂ ਉਹ ਇੱਕ ਵਾਰੀ ਆ ਨੁਸਖਾ ਜਰੂਰ ਵਰਤ ਕੇ ਦੇਖੋ ਇਹ ਨੁਸਖਾ ਬਣਾਉਣਾ ਕਿਵੇਂ ਆ ਇਹਨੂੰ ਵਰਤਣਾ ਕਿਵੇਂ ਆ ਇਹਨੂੰ ਇਸਤੇਮਾਲ ਕਿਵੇਂ ਕਰਨਾ ਇਹ ਵੇਖਣ ਵਾਸਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਇਹ ਨੁਸਖੇ ਸਭ ਤੋਂ ਪਹਿਲਾਂ ਜੀ ਚੀਜ਼ ਪੈਣੀ ਹੋਇਆ ਸਵਰਨ ਪਸਮ ਸਵਰਨ ਪਸਮ ਹੀਰਾ ਪਸਮ ਚਾਂਦੀ ਪਸਮ 1-1 ਗ੍ਰਾਮ ਲੌਂਗ ਜੈਫਲ ਜਲਵੱਤਰੀ 5-5 ਗ੍ਰਾਮ ਮਕਰਤਵਜ 10 ਗ੍ਰਾਮ ਅਕਰਕਰਾ 5 ਗ੍ਰਾਮ ਸ਼ੁੱਧ ਕੁਚਲਾ 5 ਗ੍ਰਾਮ ਸਫੇਦ ਮੁਸਲੀ 5 ਗ੍ਰਾਮ ਅਸ਼ਵਗੰਧਾ 5 ਗ੍ਰਾਮ ਤਾਲਮਖਾਣਾ 5 ਗ੍ਰਾਮ ਸਭ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਪਾਊਡਰ ਕਰਕੇ ਘਟੋ ਘਟਵੀਂ ਤਿੰਨ ਤੋਂ ਚਾਰ ਦਿਨ ਖਰਲ ਕਰਨਾ ਵਾ ਖਰਲ ਕਰਨ ਤੋਂ ਬਾਅਦ ਸ਼ਿਲਾਜੀਤ ਪਾ ਕੇ ਇਹਦੀਆਂ ਗੋਲੀਆਂ ਤਿਆਰ ਕਰ ਲਓ ਸ਼ਿਲਾਜੀਤ ਪਾਉਣੀ ਹੈ 5 ਗ੍ਰਾਮ ਗੋਲੀ ਤਿਆਰ ਕਰਕੇ ਸਵਰਨ ਗੋਲੀ ਬਣ ਜਾਏਗੀ ਇਹ ਗੋਲੀ ਇੱਕ ਖਾਣੀਏ ਰੋਜ਼ ਦੀ ਸਵੇਰੇ ਇੱਕ ਖਾਣੀਏ ਸ਼ਾਮ ਨੂੰ ਗੋਲੀਆਂ ਸਾਈਜ਼ ਚਾਹੀਦਾ ਵਾ ਜਿੱਡੇ ਕ ਆਪਣੀ ਚਨੇ ਦਾਣੇ ਬਰਾਬਰ ਚਾਹੀਦੀ ਗੋਲੀ ਬਣਾਉਣੀ ਹੈ ਇੱਕ ਗੋਲੀ ਨੂੰ ਬਣਾ ਕੇ ਦੇਖੋ ਵਰਤ ਕੇ ਦੇਖੋ ਇਹ ਸਾਡੇ ਕੋਲ ਬਣੀ ਹੋਈ ਲੈਣੀ ਸਾਡੇ ਕੋਲ ਬਣੀ ਹੋਈ ਮਿਲ ਜਾਂਦੀ ਹੈ ਅਸੀਂ ਸ਼ਾਪ ਤੋਂ ਮਿਲ ਜੇਗੀ ਆਰਡਰ ਕਰਨ ਵਾਸਤੇ ਇਹਨਾਂ ਨੰਬਰਾਂ ਨਾਲ ਸੰਪਰਕ ਕਰ ਲਓ ਜੇ ਕਿਸੇ ਨੇ ਸ਼ਾਪ ਤੇ ਆ ਕੇ ਮਿਲਣਾ ਹੈ ਸ਼ਾਪ ਤੇ ਆ ਕੇ ਲਜਾਣੀ ਆ ਤਾਂ ਤਰਨਤਾਰਨ ਜ਼ਿਲ੍ਹਾ ਪੱਟੀ ਸ਼ਹਿਰ ਦੇ ਲਾਗੇ ਪਿੰਡ ਮਾਡਲ ਬੋਪਾਰ ਅੱਡੇ ਤੇ ਆਪਣੀ ਸ਼ਾਪ ਹੈ ਤੇ ਮੈਨੂੰ ਇੱਥੇ ਆ ਕੇ ਮਿਲ ਸਕਦੇ ਨੇ ਇਹ ਗੋਲੀ ਥੋੜੀ ਕਾਸਟਲੀ ਹੈ ਥੋੜੀ ਮਹਿੰਗੀ ਹੁੰਦੀ ਹੈ ਪਰ ਰਿਜ਼ਲਟ ਬਹੁਤ ਵਧੀਆ ਮਿਲਦਾ ਹੈ ਅਗਰ ਕਿਸੇ ਨੂੰ ਉਸਕਾ ਵਧੀਆ ਲੱਗੇ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਦਾ ਬਟਨ ਦਬਾ ਦਿਓ ਮੇਰੀਆਂ ਹੋਰ ਨਵੀਆਂ ਵੀਡੀਓ ਵੇਖਣ ਵਾਸਤੇ ਧੰਨਵਾਦ ਦੋਸਤੋ